ਕਰਾਂ ਜਾਂ ਨਾ ਕਰਾਂ। ਮਜਬੂਰ ਹੋ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ। ਇਨਸਾਨੀਅਤ ਦੀਆਂ ਕਿਸ ਤਰ੍ਹਾਂ ਧੱਜੀਆਂ ਉਡਾਈਆਂ ਜਾ ਸਕਦੀਆਂ ਨੇ, ਆ ਜਾਓ ਫਿਰ ਗੱਲ ਕਰਦੇ ਹਾਂ ਇੱਕ ਲਵ ਬਰਡਸ ਦੀ। ਪਰ ਅੰਤ ਬਹੁਤ ਖੌਫਨਾਕ ਸੀ। ਇਸ ਪੂਰੀ ਘਟਨਾ ਨੂੰ ਤੁਸੀਂ ਧਿਆਨ ਨਾਲ ਸੁਣੋ ਤੇ ਅਧਿਐਨ ਜ਼ਰੂਰ ਕਰਨਾ ਕਿ ਪਿਆਰ ਦੀ ਪਰਿਭਾਸ਼ਾ ਭੁੱਲ ਤਾਂ ਨਹੀਂ ਚੁੱਕੇ ਅਸੀਂ। ਇਸ ਘਟਨਾ ਤੋਂ ਬਾਅਦ ਤੁਹਾਨੂੰ ਆਪਣੇ ਪਿਆਰ ਬਾਰੇ ਅਧਿਐਨ ਜ਼ਰੂਰ ਕਰਨਾ ਚਾਹੀਦਾ। ਆ ਜਾਓ ਫਿਰ ਗੱਲ ਕਰਦੇ ਹਾਂ ਇੱਕ ਲਵ ਬਰਡਸ ਦੀ। ਸ਼ਰਧਾ ਨਾਮ ਦੀ ਇੱਕ ਲੜਕੀ ਹੁੰਦੀ ਹੈ ਤੇ ਅਫਤਾਬ ਨਾਮ ਦਾ ਇੱਕ ਮੁੰਡਾ, ਦੋਨੋਂ ਮੁੰਬਈ ਦੇ ਵਿੱਚ ਰਹਿੰਦੇ ਨੇ। ਮੁੰਬਈ ਦੇ ਵਿੱਚ ਇੱਕ ਕਾਲ ਸੈਂਟਰ ਦੇ ਦੌਰਾਨ, ਕਾਲ ਸੈਂਟਰ 'ਤੇ ਕੰਮ ਕਰਨ ਦੌਰਾਨ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਸ਼ਰਧਾ ਨਾਮ ਦੀ ਕੁੜੀ ਅਤੇ ਅਫਤਾਬ ਨਾਮ ਦੇ ਮੁੰਡੇ ਨਾਲ। ਅਤੇ ਸ਼ਰਧਾ ਨਾਮ ਦੀ ਕੁੜੀ ਕਦੋਂ ਇਹ ਹੌਲੀ ਹੌਲੀ ਮੁਲਾਕਾਤ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਜਦੋਂ ਇਸ ਪਿਆਰ ਬਾਰੇ ਸ਼ਰਧਾ ਦੇ ਮਾਂ ਪਿਓ ਨੂੰ ਪਤਾ ਲੱਗਦਾ ਹੈ ਤਾਂ ਉਹ ਇਸ ਗੱਲ ਦਾ ਵਿਰੋਧ ਕਰਦੇ ਨੇ। ਵਿਰੋਧ ਦੇ ਕਈ ਕਾਰਨ ਸੀ। ਵਿਰੋਧ ਤੋਂ ਬਾਅਦ ਅਫਤਾਬ ਅਤੇ ਸ਼ਰਧਾ ਨੇ ਸੋਚਿਆ ਕਿ ਮੁੰਬਈ ਛੱਡ ਦਿੰਦੇ ਹਾਂ ਅਤੇ ਉਹ ਵਿਰੋਧ ਤੋਂ ਬਾਅਦ ਅਫਤਾਬ ਅਤੇ ਸ਼ਰਧਾ ਦੋਨੋਂ ਮੁੰਬਈ ਦੇ ਵਿੱਚ ਤੋਂ ਛੱਡ ਕੇ ਦਿੱਲੀ ਆ ਗਏ, ਦਿੱਲੀ ਆ ਕੇ ਰਹਿਣ ਲੱਗੇ। ਹਾਲਾਂਕਿ ਪਰਿਵਾਰ ਦੇ ਲੋਕ ਸੋਸ਼ਲ ਮੀਡੀਆ 'ਤੇ ਜੁੜੇ ਹੋਣ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਦੋਨੋਂ ਮੁੰਬਈ ਛੱਡ ਕੇ ਦਿੱਲੀ ਵਿੱਚ ਰਹਿਣ ਲੱਗੇ ਹਨ, ਦਿੱਲੀ ਵਿੱਚ ਛਤਰਪੁਰ 'ਚ ਰਹਿਣ ਲੱਗੇ ਹਨ। ਮਈ ਤੋਂ ਬਾਅਦ ਸ਼ਰਧਾ ਨਾਲ ਮਾਂ ਪਿਓ ਦਾ ਸੰਪਰਕ ਨਹੀਂ ਹੋਇਆ ਤਾਂ ਮਾਂ ਪਿਓ ਨੇ ਹੈਰਾਨ ਹੋ ਕੇ ਤਾਂ ਉਹਨਾਂ ਨੇ ਸੋਚਿਆ ਕਿ ਸ਼ਰਧਾ ਦੇ ਫਲੈਟ ਦੇ ਵਿੱਚ ਜਾਇਆ ਜਾਵੇ। ਉਸ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਜਿੱਥੇ ਦੋਨੋਂ ਰਹਿੰਦੇ ਸੀਗੇ ਉੱਥੇ ਫਲੈਟ ਦੇ ਵਿੱਚ ਆਏ। ਸ਼ਰਧਾ ਨਾ ਮਿਲਣ ਕਰਕੇ ਉਹਨਾਂ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਸ਼ਰਧਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ। ਫਿਰ ਅਫਤਾਬ ਤੋਂ ਪੁੱਛਗਿੱਛ ਹੋਈ ਤਾਂ ਅਫਤਾਬ ਨੇ ਦੱਸਿਆ ਕਿ ਸ਼ਰਧਾ ਹਮੇਸ਼ਾ ਸ਼ਾਦੀ ਲਈ ਮਜਬੂਰ ਕਰਦੀ ਸੀ, ਦਬਾਅ ਬਣਾਉਂਦੀ ਸੀ, ਇਸ ਲਈ ਹਮੇਸ਼ਾ ਝਗੜਾ ਹੁੰਦਾ ਸੀ। ਦਰਅਸਲ ਅਫਤਾਬ ਨੇ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। 35 ਟੁਕੜਿਆਂ ਨੂੰ ਜੰਗਲ 'ਚ ਅਲੱਗ ਅਲੱਗ ਜਗ੍ਹਾ 'ਤੇ 18 ਦਿਨਾਂ 'ਚ ਸੁੱਟ ਦਿੱਤਾ। ਇਸ ਪੂਰੀ ਵਾਕਿਆ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਹਿ ਸਕਦੇ ਹਾਂ ਕਿ ਅੰਤ ਬਹੁਤ ਖੌਫਨਾਕ ਸੀ। ਸ਼ੁਰੂਆਤ ਜੋ ਮਰਜ਼ੀ ਸੀ, ਅੰਤ ਬਹੁਤ ਖੌਫਨਾਕ ਸੀ ਇਸ ਘਟਨਾ ਦਾ, ਇਸ ਵਾਕਿਆ ਦਾ। ਸੋ ਦੋਸਤੋ, ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ 'ਤੇ ਅਸੀਂ ਵੱਖ ਵੱਖ ਗੱਲਾਂ ਬਾਤਾਂ ਸਾਂਝ ਪਾਉਂਦੇ ਰਹੋ।